ਜੈ ਗੋ ਮਾਤਾ ਜੈ ਗੋਪਾਲ। ਇਹ ਵੀਡੀਓ ਪੰਜਾਬੀ ਦੇ ਵਿੱਚ ਹੈ ਜੀ। ਵੈਸੇ ਤੁਸੀਂ ਅਕਸਰ ਸਾਡੇ ਇਸ ਯੂਟਿਊਬ ਚੈਨਲ ਤੋਂ ਜਿਹੜੀਆਂ ਗਊ ਨਾਲ ਸੰਬੰਧਿਤ ਵੀਡੀਓ ਦੇਖਦੇ ਹੋ ਉਹ ਸਾਰੀਆਂ ਹਿੰਦੀ ਦੇ ਵਿੱਚ ਹੁੰਦੀਆਂ ਨੇ, ਲੇਕਿਨ ਇਹ ਵੀਡੀਓ ਅਸੀਂ ਪੰਜਾਬੀ ਦੇ ਵਿੱਚ ਕੱਢ ਰਹੇ ਹਾਂ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਹਾਂ। ਕਾਮਧੇਨੁ ਗਊਸ਼ਾਲਾ ਪੰਜਾਬ ਦੇ ਵਿੱਚ ਹੈ, ਹਾਲਾਂਕਿ ਸੰਸਥਾਨ ਦੇ ਬਹੁਤ ਸਾਰੇ ਆਸ਼ਰਮ ਨੇ ਭਾਰਤ ਦੇ ਅੰਦਰ ਜਿਨ੍ਹਾਂ ਦੇ ਵਿੱਚ ਗਊਸ਼ਾਲਾਵਾਂ ਹਨ, ਲੇਕਿਨ ਮੁੱਖ ਤੌਰ 'ਤੇ ਅਸੀਂ ਪੰਜਾਬ ਦੇ ਵਿੱਚ ਨੂਰ ਮਹਿਲ ਡਿਸਟ੍ਰਿਕਟ ਜਲੰਧਰ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਅੰਦਰ ਇਹ ਕਾਮਧੇਨੁ ਗਊਸ਼ਾਲਾ ਹੈ। ਸੋ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਟ੍ਰੇਨਿੰਗ ਪ੍ਰੋਗਰਾਮ ਕਰਨ ਜਾ ਰਹੇ ਹਾਂ। ਜੀ ਹਾਂ, ਦੇਸੀ ਗਊ ਪਾਲਣ ਨੂੰ ਲੈ ਕੇ, ਦੇਸੀ ਗਾਵਾਂ ਨੂੰ ਪਾਲਣ ਦੀ ਪੂਰੀ ਜਿਹੜੀ ਹੈਗੀ ਹੈ ਟ੍ਰੇਨਿੰਗ ਸਾਡੇ ਇੱਥੇ ਦਿੱਤੀ ਜਾਵੇਗੀ, ਜਿਹਦੀ ਡੇਟ ਤੁਸੀਂ ਨੋਟ ਕਰ ਲਓ। ਉਹ ਡੇਟ ਹੈ 6-7-8 ਅਪ੍ਰੈਲ 2024। 6-7-8 ਅਪ੍ਰੈਲ ਨੂੰ ਇਹ ਟ੍ਰੇਨਿੰਗ ਪ੍ਰੋਗਰਾਮ ਹੋ ਰਿਹਾ ਹੈ 3 ਦਿਨਾਂ ਦਾ, ਜਿਹਦੇ ਵਿੱਚ ਦੇਸੀ ਗਾਂ ਸਾਹੀਵਾਲ ਨਸਲ ਪੰਜਾਬ ਦੀ ਆਪਣੀ ਨਸਲ ਹੈ, ਬਹੁਤ ਨਸਲਾਂ ਨੇ ਭਾਰਤ ਦੇ ਅੰਦਰ ਦੇਸੀ ਗਾਵਾਂ ਦੀਆਂ, ਲੇਕਿਨ ਜਿਹੜੀ ਸਭ ਤੋਂ ਸਿਰਮੌਰ ਨਸਲ ਹੈ ਉਹ ਸਾਹੀਵਾਲ ਹੈ ਔਰ ਸਾਡੇ ਕੋਲ ਸਾਹੀਵਾਲ ਦੀਆਂ ਹਜ਼ਾਰਾਂ ਹੀ ਗਾਵਾਂ ਨੇ। ਸੋ ਬਹੁਤ ਸਾਰੇ ਲੋਕ ਸਾਨੂੰ ਇਹ ਪੁੱਛਦੇ ਰਹਿੰਦੇ ਨੇ ਕਿ ਤੁਸੀਂ ਇਸ ਦਾ ਕੋਈ ਟ੍ਰੇਨਿੰਗ ਪ੍ਰੋਗਰਾਮ ਨਹੀਂ ਕਰਦੇ। ਹਾਲਾਂਕਿ 2 ਸਾਲ ਪਹਿਲਾਂ ਅਸੀਂ ਇੱਕ ਟ੍ਰੇਨਿੰਗ ਪ੍ਰੋਗਰਾਮ ਕੀਤਾ ਸੀ, ਲੇਕਿਨ ਹੁਣ ਅਸੀਂ ਫਿਰ ਤੋਂ ਇਹ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਦੇਸੀ ਗਊਆਂ ਦੀ ਨਸਲ ਦੀ ਪਹਿਚਾਣ, ਉਹਨਾਂ ਦਾ ਰੱਖ ਰਖਾਵ, ਉਹਨਾਂ ਦੀ ਬਰੀਡਿੰਗ, ਆਰਟੀਫਿਸ਼ਲ ਇਨਸੈਮੀਨੇਸ਼ਨ, ਉਹਨਾਂ ਦਾ ਚਾਰਾ ਪ੍ਰਬੰਧਨ, ਪੱਠਿਆਂ ਦਾ, ਪੱਠਿਆਂ ਦੀਆਂ ਕਿਸਮਾਂ, ਕਟਾਈ ਤੋਂ ਲੈ ਕੇ ਪਾਉਣ ਤੱਕ ਦਾ ਸਾਰਾ, ਸਫਾਈ ਔਰ ਫੀਡ ਜਿਹੜੀ ਕਿ ਜਿਹਨੂੰ ਆਪਾਂ ਦਾਣਾ ਕਹਿੰਦੇ ਹਾਂ, ਇਹ ਸਾਰੀਆਂ ਚੀਜ਼ਾਂ ਇਸ ਟ੍ਰੇਨਿੰਗ ਪ੍ਰੋਗਰਾਮ 'ਚ ਦੱਸੀਆਂ ਜਾਣਗੀਆਂ। ਬਹੁਤ ਸਾਰੇ ਲੋਕਾਂ ਨੇ ਦੇਸੀ ਗਊ ਪਾਲਣ ਦੇ ਵਿੱਚ ਆਪਣਾ ਰੁਝਾਨ ਵਧਾ ਦਿੱਤਾ ਹੈ, ਲੇਕਿਨ ਹਜੇ ਵੀ ਬਹੁਤ ਵੱਡੇ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਦੇਸੀ ਗਾਵਾਂ ਪਾਲਦੇ ਨੇ ਜਾਂ ਪਾਲਣ ਜਾ ਰਹੇ ਨੇ, ਉਹਨਾਂ ਨੂੰ ਮੈਂ ਜ਼ਰੂਰ ਕਹੂੰਗਾ ਕਿ ਇਸ 3 ਦਿਨਾਂ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਓ। ਇਹਦੇ ਵਿੱਚ ਬਹੁਤ ਭਰਪੂਰ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ। ਹਾਲਾਂਕਿ ਤੁਸੀਂ ਗਊਆਂ ਪਾਲਦੇ ਹੋ, ਗਊਆਂ ਨੂੰ ਪੱਠੇ ਪਾਉਣੇ ਆ, ਉਹਨਾਂ ਦਾ ਦੁੱਧ ਚੋਲਣਾ ਅਤੇ ਬੇਲਣਾ, ਮਸਲਾ ਤਾਂ ਇੰਨਾ ਕੀ ਹੈ, ਲੇਕਿਨ ਫਿਰ ਵੀ ਜਦੋਂ ਦੇਸੀ ਗਾਂ ਦਾ ਸਵਾਲ ਆ ਜਾਂਦਾ ਨਾ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਅੰਤਰ ਹੈ, ਕਿਉਂਕਿ ਅੰਗਰੇਜ਼ੀ ਗਊਆਂ ਨਾਲੋਂ ਜਾਂ ਮੱਝਾਂ ਦੇ ਨਾਲੋਂ ਦੇਸੀ ਗਾਂ ਦਾ ਜਿਹੜਾ ਸੁਭਾਅ ਹੈ ਥੋੜ੍ਹਾ ਵੱਖਰਾ ਹੈ। ਸੋ ਇਸ ਪੂਰੇ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਗਹਿਰਾਈ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਜਾਣਗੀਆਂ ਦੇਸੀ ਗਊਆਂ ਨਾਲ ਸੰਬੰਧਿਤ। ਔਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਅਪੀਲ ਕਰਦਾ ਕਿ ਇਹ ਨਸਲ ਸਭ ਤੋਂ ਸਿਰਮੌਰ ਨਸਲ ਹੈ, ਲਾਲ ਰੰਗ ਹੈ, ਸੋਨੇ ਵਰਗੀ ਨਸਲ ਹੈ ਇਹ, ਔਰ ਅਸੀਂ ਇਸ ਨਸਲ ਨੂੰ ਵਧਾਈਏ। ਵਧਾਉਣਾ ਕਿਵੇਂ ਹੈ, ਕਿਹੜੇ ਕਿਹੜੇ ਤਰੀਕਿਆਂ ਨਾਲ ਵਧਾਇਆ ਜਾ ਸਕਦਾ ਹੈ ਔਰ ਇਹਨਾਂ ਨੂੰ ਰੱਖਣਾ ਕਿਵੇਂ ਹੈ ਔਰ ਇਹਨਾਂ ਦਾ ਦੁੱਧ ਕਿਵੇਂ ਵਧਾਉਣਾ ਹੈ, ਇਹਨਾਂ ਸਾਰੀਆਂ ਗੱਲਾਂ ਦਾ ਇਹਦੇ ਵਿੱਚ ਨਿਚੋੜ ਕੱਢਿਆ ਜਾਊਗਾ। ਡਾਟਾ ਰਿਕਾਰਡਿੰਗ ਕਿਵੇਂ ਕਰਨੀ ਹੈ, ਪੂਰਾ ਇੱਕ ਫੈਮਿਲੀ ਟ੍ਰੀ ਕਿਵੇਂ ਬਣਾਉਣਾ ਹੈ, ਮਤਲਬ ਕਿ ਬਹੁਤ ਸਾਰੇ ਵਿਸ਼ੇ ਨੇ। ਜੇ ਮੈਂ ਇੱਥੇ ਇੱਕ ਇੱਕ ਦਾ ਵਿਸ਼ੇ 'ਤੇ ਗੱਲ ਕਰਾਂਗਾ ਤਾਂ ਲੰਬੀ ਹੋ ਜਾਵੇਗੀ ਗੱਲ। ਅਸੀਂ ਇੱਕ ਸੰਪਰਕ ਨੰਬਰ ਦੇ ਰਹੇ ਹਾਂ, ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਥੱਲੇ ਆ ਵੀ ਰਿਹਾ ਹੈ ਔਰ ਲਾਸਟ ਦੇ ਵਿੱਚ ਵੀ ਆਊਗਾ। ਉਹਨਾਂ 2 ਨੰਬਰਾਂ 'ਤੇ ਤੁਸੀਂ ਸੰਪਰਕ ਕਰਨਾ ਹੈ, ਆਪਣੇ
ਰਜਿਸਟ੍ਰੇਸ਼ਨ ਕਰਵਾ ਲੈਣੀ ਹੈ ਔਰ ਉਸ ਦੇ ਵਿੱਚ ਤੁਸੀਂ 3 ਦਿਨ ਰੁਕੋਗੇ, ਉਹਦਾ ਪੂਰੀ ਵਿਉਤਬੰਦੀ ਕੀ ਹੋਊਗਾ ਉਹ ਲਿਖਤੀ ਰੂਪ ਦੇ ਅੰਦਰ ਤੁਹਾਨੂੰ ਦਿੱਤਾ ਜਾਊਗਾ, ਦੱਸਿਆ ਜਾਊਗਾ। ਸੋ ਮੈਂ ਆਪ ਸਭ ਨੂੰ ਜੀ ਆਇਆ ਆਖਦਾ ਕਿ ਆਪ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਜਲਦੀ ਤੋਂ ਜਲਦੀ ਆਪਣਾ ਨਾਮ ਦਰਜ ਕਰਾਓ ਔਰ ਇੱਥੇ ਆ ਕੇ ਤੁਸੀਂ ਦੇਸੀ ਗਾਵਾਂ ਦੇ ਨਾਲ ਰਹਿਣ ਦਾ ਤੁਹਾਨੂੰ ਮੌਕਾ ਮਿਲੂਗਾ। ਉਹਨਾਂ ਦੀ ਦੁੱਧ ਚੁਆਈ, ਹਰ ਇੱਕ ਚੀਜ਼ ਨੂੰ ਤੁਸੀਂ ਬਹੁਤ ਨੇੜੇ ਤੋਂ ਦੇਖੋਗੇ। ਮੇਰੇ ਖਿਆਲ ਦੇ ਨਾਲ ਇਹ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਹੈ ਇੱਕ ਨਵੀਆਂ ਲੀਹਾਂ ਸਿਰਜੂਗਾ ਦੇਸੀ ਗਊ ਪਾਲਣ ਨੂੰ ਵਧਾਉਣ ਦੇ ਲਈ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਗੋ ਮਾਤਾ, ਜੈ ਗੋਪਾਲ।